ਹਾਂਜੀ ਭਾਈ ਕਈ ਵੀਰ ਭੈਣਾਂ ਨੂੰ ਬੋਲਣ 'ਚ ਦਿੱਕਤ ਆਉਂਦੀ ਹੈ ਹੱਕ ਪੈਂਦੀ ਹੁੰਦੀ ਹੈ ਅੱਜ ਉਹਦਾ ਆਪਾਂ ਦੇਸੀ ਇਲਾਜ ਲੈ ਕੇ ਆਏ ਬਈ ਜਿਹਦੇ ਨਾਲ ਤੁਸੀਂ ਜਮਾਂ ਠੀਕ ਹੋ ਜਾਓਗੇ ਇਹ ਕੋਈ ਬਾਲੀ ਵੱਡੀ ਪ੍ਰੋਬਲਮ ਨਹੀਂ ਇਹ ਠੀਕ ਹੋ ਸਕਦੀ ਹੈ ਆਪਾਂ ਪਹਿਲਾਂ ਰੀਲ ਪਾਈ ਸੀ ਜਿਹੜੀ 2 ਮਿੰਟ ਨੇ ਤਕਰੀਬ ਲੋਕਾਂ ਨੇ ਦੇਖ ਲਈ ਉਹ ਤਾਂ ਕਰਕੇ ਆਪਾਂ ਇੱਕ ਵੀਡੀਓ ਲੈ ਕੇ ਆਇਆ ਕਈ ਵੀਰ ਕਹਿੰਦੇ ਸੀ ਸਾਨੂੰ ਚੰਗੀ ਤਰ੍ਹਾਂ ਦੱਸੋ ਤੇ ਅੱਜ ਆਪਾਂ ਵੀਡੀਓ ਲੈ ਕੇ ਆਏ ਚ ਚੰਗੀ ਤਰ੍ਹਾਂ ਦੱਸਾਂਗੇ ਤੁਸੀਂ ਕੀ ਕਰਨਾ ਇਹ ਚ ਪ੍ਰੈਕਟਿਸਾਂ ਵੀ ਹੁੰਦੀਆਂ ਨੇ ਪ੍ਰੈਕਟਿਸਾਂ ਵੀ ਦੱਸਾਂਗੇ ਤੁਸੀਂ ਵੀ ਕਿਹੜੀਆਂ ਪ੍ਰੈਕਟਿਸਾਂ ਕਰਨੀਆਂ ਨੇ ਤੇ ਏ ਬਈ ਕੋਈ ਬਿਮਾਰੀ ਨਹੀਂ ਹੈੀ ਬਹੁਤ ਵੱਡੀ ਇਹ ਸਿੰਪਲ ਚੀਜ਼ ਹੈ ਠੀਕ ਹੋ ਜਾਂਦੀ ਹੈ ਜਿਵੇਂ ਕਿ ਬਾਲੀਵੁੱਡ ਦਾ ਹਰਿਤਿਕ ਰੋਸ਼ਨਾ ਬਹੁਤ ਵੱਡਾ ਸਟਾਰ ਹੈ ਉਹ ਉਹਨੂੰ ਵੀ ਇਹ ਚੀਜ਼ ਦੀ ਦਿੱਕਤ ਹੈਗੀ ਸੀ ਬੋਲਿਆ ਬੋਲਿਆ ਉਹਨਾਂ ਤੋਂ ਵੀ ਜਾਂਦਾ ਨਹੀਂ ਸੀਗਾ ਅੱਜ ਪਰ ਉਹਨਾਂ ਦੇ ਇਹ ਚੀਜ਼ ਜਮਾ ਸਹੀ ਹੈ ਇਹ ਥੋੜੀ ਵੀ ਠੀਕ ਹੋ ਸਕਦੀ ਹੈ ਬਈ ਜੇ ਤੁਸੀਂ ਆਹ ਕੰਮ ਕਰਨ ਨੂੰ ਆਪਣਾ ਦੱਸਿਆ ਹੋਏ ਤੇ ਇੱਕ ਪ੍ਰੈਕਟਿਸਾਂ ਦੱਸਾਂਗੇ ਵੀ ਉਹ ਤੁਸੀਂ ਕਰ ਲਓ ਜੇ ਇਹ ਚ ਬਈ ਤੁਸੀਂ ਆਹ ਚੀਜ਼ ਖਾਣੀ ਹੈ ਇਹਨੂੰ ਕਿਤੇ ਸਪਾਇਦੇ ਦਾ ਪਤਾ ਸਮਝ ਲਿਓ ਬਈ ਇਹ ਸਪਾਇਦੇ ਦਾ ਪਤਾ ਨਹੀਂ ਹੈਗਾ ਧਿਆਨ ਨਾਲ ਨੇੜੇ ਕਰਕੇ ਸਾਈ ਆਹ ਦੇਖ ਲਓ ਬਈ ਇਹੀ ਹੈਗਾ ਬਾਈ ਤੇਜ ਪੱਤਰ ਕਹਿੰਦੇ ਨੇ ਇਹਨੂੰ ਤੇਜ ਪੱਤਰ ਕਹਿੰਦੇ ਨੇ ਪੰਸਾਰੀ ਦੀ ਦੁਕਾਨ ਤੋਂ ਹੀ ਮਿਲ ਜੂਗਾ ਤੁਹਾਨੂੰ ਆਸਾਨੀ ਨਾਲ ਮਿਲ ਜੂਗਾ ਇਹਨੂੰ ਇੰਗਲਿਸ਼ 'ਚ ਬੇਲੀਫ ਵੀ ਕਹਿੰਦੇ ਆ ਜੇ ਤੁਸੀਂ ਆਨਲਾਈਨ ਮੰਗਾਉਣਾ ਬੇਲੀਫ ਭਰ ਕੇ ਤੁਸੀਂ ਆਨਲਾਈਨ ਵੀ ਮੰਗਾ ਸਕਦੇ ਜਿੱਥੇ ਨਹੀਂ ਮਿਲਦਾ ਪੰਸਾਰੀ ਤੋਂ ਵੈਸੇ ਹਰ ਇੱਕ ਪੰਸਾਰੀ ਉਤੇ ਚੀਜ਼ ਮਿਲ ਜਾਂਦੀ ਆ ਆਮ ਹੈ ਇਹ ਇਹਨੂੰ ਹਲਵਾਈ ਵੀ ਵਰਤਦੇ ਆ ਚੌਲਾਂ 'ਚ ਪਾਉਂਦੇ ਹੁੰਦੇ ਆ ਮਸਾਲਿਆਂ 'ਚ ਵੀ ਪੈਂਦਾ ਹੈ ਇਹਨੂੰ ਬਾਈ ਲੈਣ ਦਾ ਤਰੀਕਾ ਕੀ ਹੈ ਕਈ ਵੀਰ ਹੁਣ ਕਈ ਜਾਂਦੇ ਸੀ ਵੀ ਇਹਨੂੰ ਬਾਈ ਕਿਵੇਂ ਖਾਈਏ ਇਹ ਜੀਭ ਥੱਲੇ ਰੱਖਣੀ ਹੁੰਦੀ ਆ ਬਾਈ ਜਿਵੇਂ ਪਤਾ ਹੈ ਇਹਨੂੰ ਤੁਸੀਂ ਐਵੇਂ ਇਕੱਠਾ ਕਰ ਲੈਣਾ ਏਸ ਲੋਟ ਇਹਨੂੰ ਇਕੱਠਾ ਕਰਕੇ ਬਈ ਜਦ ਤੁਸੀਂ ਪਾਣੀ ਦੀ ਭਉ ਸਕਦੇ ਹੋ ਪਾਣੀ ਚ ਭਉਣ ਨਾਲ ਇਹ ਬਈ ਥੋੜਾ ਨਰਮ ਹੋ ਜਾਂਦਾ ਤੁਸੀਂ ਏਸ ਲੋਟ ਇਹਨੂੰ ਇਕੱਠਾ ਕਰਕੇ ਬਈ ਜੀਭ ਥੱਲੇ ਰੱਖ ਲਓ ਇਹ ਕੋਈ ਮਤਲਬ ਕਬੜਾ ਵੀ ਨਹੀਂ ਹੁੰਦਾ ਤੇ ਤੁਸੀਂ ਇਹਨੂੰ 7 ਤੋਂ 8 ਮਿੰਟ ਕਿੰਨਾ ਟਾਈਮ ਵੀ ਰੱਖ ਸਕਦੇ ਹੋ ਉਹ ਤੁਹਾਡੀ ਇੱਛਾ ਅਨੁਸਾਰ ਹੈ ਖਾਣਾ ਸਵੇਰੇ ਜਦ ਤੁਸੀਂ ਬਰਸ਼ ਕਰਦੇ ਹੋ ਖਾਣਾ ਖਾਣ ਤੋਂ ਪਹਿਲਾਂ ਕਿਉਂਕਿ ਜੇ ਤੁਸੀਂ ਖਾਣਾ ਖਾਣ ਤੋਂ 10-20 ਮਿੰਟ ਪਹਿਲਾਂ ਵੀ ਖਾ ਲਿਆ ਤੁਹਾਡਾ ਮਤਲਬ ਖਾਣਾ ਵਦਿਆ ਨਹੀਂ ਸੁਣ ਲੱਗਣਾ ਪੇਸ ਨੂੰ ਆ ਤੁਹਾਨੂੰ ਖਾਣੇ ਦਾ ਘਟੋ ਘਟ ਅੱਧਾ ਘੰਟਾ ਪਹਿਲਾਂ ਖਾਣੇ ਤੋਂ ਇਹ ਚੀਜ਼ ਜੀਭ ਥਲੇ ਰੱਖਣੀ ਤੁਸੀਂ ਨੇ ਇਹਨੂੰ ਚੂਸਣਾ ਹੈ ਬਾਈ ਖਾਣਾ ਨਹੀਂ ਹੈਗਾ ਇਹਨੂੰ ਮਤਲਬ ਚੂਸਣਾ ਹੈ ਜਿੰਨਾ ਟਾਈਮ ਇਹਨੂੰ ਤੁਸੀਂ ਚੂਸ ਸਕਦੇ ਹੋ ਉਹਨਾਂ ਟਾਈਮ ਚੂਸੋ ਇਹ ਪੱਤੇ ਨੂੰ ਤੇ ਹੁਣ ਬਾਈ ਇਕੱਲੇ ਵੀ ਇਹਦੇ ਨਾਲ ਵੀ ਠੀਕ ਹੁੰਦਾ ਟਰੈਕਟਸਾਂ ਜਰੂਰੀ ਨਹੀਂ ਤੁਹਾਨੂੰ ਐਕਸਰਸਾਈਜ਼ਾਂ ਹੁੰਦੀਆਂ ਨੇ ਇਹਦੀਆਂ ਜੇ ਤੁਸੀਂ ਨਾਲ ਐਕਸਰਸਾਈਜ਼ਾਂ ਕਰੋ ਨਾਲ ਇਹ ਪੱਤਾ ਵੀ ਜੀਭ ਥਲੇ ਰੱਖੋ ਰੋਜ਼ ਬਾਈ ਇੱਕ ਮਹੀਨੇ ਥੋੜੀ ਇਹ ਦਿੱਕਤ ਠੀਕ ਹੋ ਸਕਦੀ ਹੈ ਇਹਦੀਆਂ ਤੁਸੀਂ ਜੇ ਐਕਸਰਸਾਈਜ਼ਾਂ ਕਰਨੀਆਂ ਤੁਸੀਂ YouTube ਤੇ ਸਰਚ ਕਰਨਾ ਹੈ ਬਾਈ ਟੈਮਰਿੰਗ ਪ੍ਰੋਬਲਮ ਐਕਸਰਸਾਈਜ਼ ਉੱਥੇ ਨਿਕਲਿਆ ਨਹੀਂ ਜਿੰਨੇ ਵੀ ਐਕਸਰਸਾਈਜ਼ਾਂ ਨਿਕਲਣਗੀਆਂ 6-7 ਦੀਆਂ ਐਕਸਰਸਾਈਜ਼ਾਂ ਹੁੰਦੀਆਂ ਨੇ ਸਾਰੀਆਂ ਤੁਸੀਂ ਨੇ ਕਰਨੀਆਂ ਨੇ ਫੇਰ ਜਾ ਕੇ ਕਿਹਦੇ ਚੀਜ਼ ਠੀਕ ਹੋਊਗੀ ਜਿਨ੍ਹਾਂ ਨੂੰ ਥੋੜੀ-ਮੁੱਟੀ ਪੈਂਦੀ ਹੁੰਦੀ ਆ ਉਹਨਾਂ ਦਾ ਬਈ 20 ਤੋਂ 25 ਦਿਨਾਂ ਚ ਪੱਕੀ ਠੀਕ ਹੋ ਜਾਊਗੀ ਜੇ ਜਿਨ੍ਹਾਂ ਦੇ ਬਾਲੀ ਪੈਂਦੀ ਹੁੰਦੀ ਹੈ ਬਾਹਰ ਟਾਈਮ ਬੋਲਦੇ ਹੋਏ ਅੜੀ ਜਾਂਦੇ ਨੇ ਉਹਨਾਂ ਨੂੰ ਇਹ ਮਤਲਬ ਮਹੀਨੇ ਤੋਂ ਪਲੱਸ ਜਾ ਕੇ ਕਿਤੇ ਠੀਕ ਹੋ ਸਕਦੀ ਹੈ ਬਾਕੀ ਇਹ ਦੇ ਵਿੱਚ ਕੋਈ ਦਵਾਈ ਨਾ ਲਓ ਇਹ ਦਵਾਈ ਇਹਦੇ ਕੋਈ ਦਵਾਈ ਨਹੀਂ ਹੁੰਦੀ ਬਈ ਇਹਦੀ ਅਸਲ ਤਾਂ ਐਕਸਰਸਾਈਜ਼ ਹੀ ਹੁੰਦੀ ਨੇ ਇਹਦੀਆਂ ਤੇ ਇਹ ਚੀਜ਼ ਜ਼ਰੂਰੀ ਹੈ ਬਾਈ ਇਹ ਦੇਸੀ ਚੀਜ਼ ਹੈ ਇਹ ਬਾਲੀ ਮੈਗੀ ਨੂੰ ਤੁਹਾਨੂੰ 40 50 ਦੀ ਬਾਵਾ ਸਾਰੀ ਮਿਲ ਜੂਗੀ ਇਹ ਤੁਸੀਂ ਇੱਕ ਚੀਜ਼ ਵਰਤ ਕੇ ਦੇਖ ਲਓ ਬਾਈ ਜੇ ਆਪਣੀ ਵੀਡੀਓ ਦੇਖ ਕੇ ਯਾਰ ਜੇ ਦੋ ਜਣਿਆਂ ਦਾ ਜਾਂ ਤਿੰਨ ਜਣਿਆਂ ਦਾ ਕਿੰਨੇ ਜਣਿਆਂ ਦਾ ਵੀ ਇਹ ਠੀਕ ਹੁੰਦੀ ਹੈ ਆਪਣੇ ਮਨ ਲੈ ਆਪਣਾ ਮਕਸਦ ਪੂਰਾ ਹੋ ਜੂਗਾ ਵੀਡੀਓ ਬਣਾਉਣ ਦਾ ਪਹਿਲਾਂ ਜਿਹੜੀ ਰੀਲ ਪਾਈ ਸੀ ਉਹਦੇ ਬਹੁਤ ਵੀਰਾਂ ਨੇ ਆਪਾਂ ਨੂੰ ਇੰਸਟਾ ਤੇ ਫੇਸਬੁੱਕ ਤੇ ਬਹੁਤ ਜ਼ਿਆਦਾ ਮੈਸੇਜ ਕੀਤੇ ਸੀ ਤਾਂ ਕਰਕੇ ਸਾਨੂੰ ਵੀਡੀਓ ਬਣਾਉਣੀ ਪੈਗੀ ਤੇ ਕਾਲ ਬਾਈ ਹੁਣ ਚੱਕੀ ਜਾਂਦੀ ਦਿਨ ਚ ਘਟੋ ਘਟਾ 100 150 ਫੋਨ ਆ ਜਾਂਦਾ ਹੈ ਕਾਲ ਚੱਕੇ ਨਹੀਂ ਆਂਦੀ ਬਹੁਤ ਵੀਰਾਂ ਦੀ ਉਹਦੇ ਲਈ ਮਾਫੀ ਚਾਹੁੰਦੇ ਆਪਾਂ ਮੈਸੇਜ ਦਾ ਹਰ ਇੱਕ ਦਾ ਰਿਪਲਾਈ ਕਰਦੇ ਜੇ ਕੋਈ ਬਾਈ ਪੁੱਛਣਾ ਵੀ ਹੋਰ ਵੀ ਕੁਝ ਪੁੱਛਣਾ ਹੋਇਆ ਇੰਸਟਾਗ੍ਰਾਮ ਤੇ ਮੈਸੇਜ ਕਰ ਸਕਦੇ ਤੁਸੀਂ ਭਾਵੀ ਵਾਲੇ ਉਸੇ ਇਸੇ ਨਾਂ ਤੇ ਆਪਣਾ ਚੈਨਲ ਹੈ ਪੇਜ ਹੈ ਤੇ ਇੰਸਟਾਗ੍ਰਾਮ ਤੇ ਉੱਥੇ ਜਾ ਕੇ ਤੁਸੀਂ ਮੈਸੇਜ ਕਰ ਸਕਦੇ ਹੋ ਤੁਹਾਡਾ ਇੱਕ ਦਿਨ ਚ ਜਾਂ ਇੱਕ ਦਿਨ ਤੋਂ ਘੱਟ ਤੁਹਾਡਾ ਰਿਪਲਾਈ ਆ ਜਾਊਗਾ ਮੈਸੇਜ ਤੁਹਾਨੂੰ ਦੱਸਿਆ ਜਾਊਗਾ ਸਾਰਾ ਠੀਕ ਹੈ ਦੋਸਤੋ ਬਾਈ ਜੇ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਕਰ ਦਿਓ ਜਿਹੜੇ ਵੀਰਾਂ ਨੂੰ ਇਹ ਪ੍ਰੋਬਲਮ ਹੈਈ ਉਹਨਾਂ ਦਾ ਵੀ ਸ਼ੇਅਰ ਕਰ ਦਿਓ ਕਿਉਂਕਿ ਜੇ ਤੁਸੀਂ ਸ਼ੇਅਰ ਕਰਕੇ ਕਿਸ ਵੀਡੀਓ ਦੇਖ ਲਈ ਧੰਨਵਾਦ ਸਾਰੇ ਦੋਸਤਾਂ ਦਾ ਵੀਡੀਓ ਨੂੰ ਸ਼ੇਅਰ ਕਰ ਦਿਓ ਦਬਕੇ ਮਿੱਤਰੋ